ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਜੀ ਆਇਆਂ ਨੂੰ। ਸਿੱਖ ਯੂਥ ਦੇ ਇਸ ਐਪੀਸੋਡ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਅਤੇ ਅੱਜ ਸ਼੍ਰੀ ਗੁਰੂ ਹਰਗੋਬਿੰਦ ਅਜੀਤ ਗੱਤਕਾ ਅਖਾੜਾ ਇੰਟਰਨੈਸ਼ਨਲ ਬਾਬਾ ਬੁੱਢਾ ਦਲ ਤੋਂ ਸਾਡੇ ਨਾਲ ਮੌਜੂਦ ਨੇ ਸਰਦਾਰਨੀ ਮਨਪ੍ਰੀਤ ਕੌਰ ਜੀ, ਜਿਨ੍ਹਾਂ ਨੇ ਛੋਟੀ ਜਿਹੀ ਉਮਰ 'ਚੋਂ ਹੀ ਗੱਤਕਾ ਖੇਡਣਾ ਸ਼ੁਰੂ ਕੀਤਾ। ਅਤੇ ਅੱਜ ਆਪਣੇ ਨਾਲ ਪੂਰੀ ਇੱਕ ਵੱਡੀ ਕੌਰ ਬ੍ਰਿਗੇਡ ਨੂੰ ਉਹਨਾਂ ਨੇ ਖੜਾ ਕੀਤਾ। ਖਾਸ ਤੌਰ 'ਤੇ ਦਿੱਲੀ ਦੀ ਗੱਲ ਕੀਤੀ ਜਾਏ ਅਤੇ ਕ੍ਰਾਈਮ ਜਿਹੜਾ ਐਵਰੇਜ ਹੈ ਉਹ ਕਾਫੀ ਵੱਧ ਚੁੱਕੀ ਹੈ। ਅਤੇ ਇਹਨਾਂ ਦਾ ਜਿਹੜਾ ਯਤਨ ਹੈ ਕਿ ਹਰ ਇੱਕ ਬੱਚੀ ਨੂੰ ਗੱਤਕਾ ਖੇਡਣਾ ਹੈ ਤਾਂ ਕਿ ਉਹ ਆਪਣੀ ਸੈਲਫ ਜਿਹੜੀ ਡਿਫੈਂਸ ਹੈ, ਆਪਣੀ ਰਕਸ਼ਾ ਜਿਹੜੀ ਹੈ ਉਹ ਆਪ ਕਰ ਸਕੇ। ਆਓ ਮੁਲਾਕਾਤ ਕਰੀਏ ਸਰਦਾਰਨੀ ਮਨਪ੍ਰੀਤ ਕੌਰ ਜੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨਪ੍ਰੀਤ ਜੀ, ਕਿੱਦਾਂ ਸ਼ੁਰੂਆਤ ਹੋਈ ਗੱਤਕਾ ਖੇਡਣ ਦੀ? ਕਿਸ ਉਮਰ 'ਚ ਤੁਸੀਂ ਸ਼ੁਰੂਆਤ ਕੀਤੀ ਅਤੇ ਅੱਜ ਤੁਸੀਂ ਬਹੁਤ ਬੱਚਿਆਂ ਨੂੰ ਗੱਤਕਾ ਸਿਖਾ ਰਹੇ ਹੋ? ਆਪਣੇ ਬਾਰੇ ਕੁਛ ਦੱਸੋ ਸਾਨੂੰ। ਮੈਂ 10th ਵਿੱਚ ਪੜ੍ਹਦੀ ਸੀ ਜਦੋਂ ਮੈਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਗੱਤਕਾ ਸਿਖਲਾਇਆ ਜਾ ਰਿਹਾ, ਕੈਂਪ ਲੱਗਾ ਹੋਇਆ ਹੈ। ਅਤੇ ਮੈਂ ਆਪਣੇ ਫਾਦਰ ਸਾਹਿਬ ਨਾਲ ਗੱਲ ਕੀਤੀ ਕਿ ਪਾਪਾ ਮੈਨੂੰ ਵੀ ਗੱਤਕਾ ਸਿੱਖਣਾ ਹੈ। ਅਤੇ ਉਹਨਾਂ ਨੇ ਮੈਨੂੰ ਪ੍ਰੇਰਿਆ ਕਿ ਹਾਂ ਬੇਟਾ ਜਾਓ ਸਿੱਖੋ, ਇਹ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਾਡਾ ਵਿਰਸਾ ਹੈ, ਤੁਹਾਨੂੰ ਸਿੱਖਣਾ ਚਾਹੀਦਾ। ਅਤੇ ਮੈਂ ਸਿੱਖਣ ਲਈ ਗਈ, ਉਹਨਾਂ ਨੇ ਮੈਨੂੰ ਬਹੁਤ ਸਾਥ ਦਿੱਤਾ। ਈਵਨ ਸਾਡੇ ਸਾਨੂੰ ਅਸੀਂ 3 ਭੈਣ ਭਰਾ ਸੀ, ਸਾਨੂੰ ਸਭ ਨੂੰ ਸਾਥ ਮਤਲਬ ਕਿ ਪੂਰਾ ਸਪੋਰਟ ਕੀਤਾ ਕਿ ਮੇਰਾ ਇੱਕ ਭਰਾ ਵੇ, ਕੋਈ ਫਰਕ ਨਹੀਂ ਕੀਤਾ ਕਿ ਇੱਕ ਕੁੜੀ ਹੈ ਤੂੰ ਗੱਤਕਾ ਸਿੱਖਣ ਨਹੀਂ ਜਾਣਾ। ਉਹਨਾਂ ਨੇ ਮੈਨੂੰ ਭੇਜਿਆ ਅਤੇ ਮੈਂ ਗੱਤਕਾ, ਉੱਥੋਂ ਸ਼ੁਰੂਆਤ ਹੋਈ ਮੇਰੀ ਗੱਤਕੇ ਦੀ। ਅਤੇ ਮੈਨੂੰ ਦਿਨ ਪਰ ਦਿਨ ਮੇਰਾ ਕੌਨਫੀਡੈਂਸ ਗੱਤਕੇ ਵਿੱਚ ਵੱਧਦਾ ਗਿਆ, ਕਹਿ ਲਓ ਸ਼ੌਂਕ ਵੱਧਦਾ ਗਿਆ, ਅਤੇ ਇਸ ਤਰ੍ਹਾਂ ਮੇਰੀ ਸ਼ੁਰੂਆਤ ਹੋਈ ਗੱਤਕੇ ਦੀ। ਕਿਸ ਤਰੀਕੇ ਨਾਲ ਤੁਸੀਂ ਜਿਹੜਾ ਬੱਚਿਆਂ ਨੂੰ, ਕੁੜੀਆਂ ਨੂੰ ਸਪੋਰਟ ਕਰਦੇ ਹੋ ਔਰ ਉਹਨਾਂ ਨੂੰ ਗੱਤਕਾ ਸਿਖਾਉਂਦੇ ਹੋ? ਪਹਿਲਾਂ ਤਾਂ ਮੈਂ ਸਿੱਖਿਆ ਅਤੇ ਫਿਰ ਮੈਨੂੰ ਲੱਗਿਆ ਕਿ ਮੇਰੇ ਨਾਲ ਮੇਰੀਆਂ ਹੋਰ ਵੀ ਵੱਡੀਆਂ ਛੋਟੀਆਂ ਭੈਣਾਂ ਨੂੰ ਵੀ ਸਿੱਖਣਾ ਚਾਹੀਦਾ। ਮੈਂ ਆਪਣੀ ਫਰੈਂਡਸ, ਜਿੰਨਾ ਵੀ ਮੇਰਾ ਸਰਕਲ ਸੀ, ਮੈਂ ਸਭ ਨੂੰ ਪ੍ਰੇਰਿਆ ਕਿ ਆਓ ਯਾਰ ਅਸੀਂ ਵੀ ਗੱਤਕਾ ਸਿੱਖੀਏ, ਸਿਖਲਾਇਆ ਜਾ ਰਿਹਾ। ਅਤੇ ਉਹ ਉਹਨਾਂ ਨੂੰ ਮੈਂ ਜੋੜਿਆ ਆਪਣੇ ਨਾਲ ਅਤੇ ਪਹਿਲਾਂ ਮੈਂ ਸਿੱਖਿਆ, ਫਿਰ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਖੁਦ ਕੋਚਿੰਗ ਦਿੱਤੀ, ਗੱਤਕਾ ਸਿਖਾਇਆ ਉਹਨਾਂ ਕੁੜੀਆਂ ਨੂੰ, ਮੁੰਡਿਆਂ ਨੂੰ, ਬਹੁਤ ਸਾਰੇ ਬੱਚਿਆਂ ਨੂੰ ਮੈਂ ਗੱਤਕਾ ਸਿਖਾਇਆ ਉਸ ਦੌਰਾਨ ਹੀ ਸਟਾਰਟਿੰਗ 'ਚ। ਤੁਸੀਂ ਪਰਸਨਲੀ ਕੀ ਸੋਚਦੇ ਹੋ ਕਿ ਸਮਾਜ 'ਚ ਅੱਜ ਗੱਤਕਾ ਸਿੱਖਣਾ, ਸਿੱਖ ਮਾਰਸ਼ਲ ਆਰਟ ਦੇ ਤੌਰ 'ਤੇ ਇਹਨੂੰ ਲਈਦਾ ਕਿ ਬੱਚਿਆਂ ਵਾਸਤੇ, ਦਿੱਲੀ ਵਾਸਤੇ ਕਿੰਨਾ ਜ਼ਰੂਰੀ ਹੈ ਬੱਚਿਆਂ ਨੂੰ ਗੱਤਕਾ ਸਿੱਖਣਾ? ਇਹ ਵਧੀਆ ਸਵਾਲ ਹੈ। ਗੱਤਕਾ ਸਿੱਖਣਾ ਤਾਂ ਬਹੁਤ ਜ਼ਰੂਰੀ ਹੈ, ਖਾਸ ਤੌਰ 'ਤੇ ਸਾਡੇ ਸਿੱਖ ਬੱਚੇ ਬੱਚੀਆਂ ਜਿੰਨੇ ਵੀ ਹੈਗੇ ਨੇ। ਅੱਜ ਕੱਲ੍ਹ ਦਾ ਮਾਹੌਲ ਸਾਨੂੰ ਪਤਾ ਕਿੰਨਾ ਖਰਾਬ ਚੱਲ ਰਿਹਾ ਹੈ। ਪਰ ਅਸੀਂ ਕੁਛ ਬੱਚੇ ਸਾਡੇ ਇੱਦਾਂ ਦੇ ਹੈ, ਆਪਣੇ ਧਾਰੀ ਹੈ ਬਟ ਉਹਨਾਂ ਨੂੰ ਕਿਰਪਾਨ ਪਾਈ ਹੈ ਪਰ ਕਿਰਪਾਨ ਚਲਾਉਣੀ ਨਹੀਂ ਜਾਣਦੇ। ਫਿਰ ਤੁਸੀਂ ਆਪਣੀ ਆਪ ਦੀ ਰੱਖਿਆ ਨਹੀਂ ਕਰ ਸਕਦੇ ਅਤੇ ਤੁਸੀਂ ਦੂਜੇ ਮਜ਼ਲੂਮ ਦੀ ਰੱਖਿਆ ਕਿੱਥੋਂ ਕਰਾਂਗੇ ਅਸੀਂ ਰੱਖਿਆ? ਅਤੇ ਮੈਂ ਇਹੀ ਕਹਿਣਾ ਚਾਹਾਂਗੀ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਇਹ ਸਿੱਖਣਾ ਚਾਹੀਦਾ ਅਤੇ ਇਸਨੂੰ ਅੱਗੇ ਤੋਂ ਅੱਗੇ ਲੈ ਕੇ ਜਾਣਾ ਚਾਹੀਦਾ। ਮਨਪ੍ਰੀਤ ਜੀ, ਇਹ ਦੱਸੋ ਕਿ ਕਿਹੜੀ ਕਿਹੜੀ ਜਗ੍ਹਾ ਤੁਸੀਂ ਖਾਲਸਾਈ ਖੇਡ ਗੱਤਕਾ ਜਿਹੜੀ ਹੈ, ਮਾਰਸ਼ਲ ਆਰਟ, ਸਿੱਖ ਮਾਰਸ਼ਲ ਆਰਟਸ ਹੈ, ਉਹਦਾ ਪ੍ਰਦਰਸ਼ਨ ਕੀਤਾ ਅਤੇ ਕਿਹੜੇ ਕਿਹੜੇ ਇਨਾਮ ਜਿਹੜੇ ਆ ਆਪਣੇ ਹਿੱਸੇ ਕੀਤੇ? ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹਾਂਗੀ ਕਿ ਮੈਂ ਸਿੱਖ ਪਰਿਵਾਰ ਵਿੱਚ ਪੈਦਾ ਹੋਈ ਅਤੇ ਮੈਂ ਸ਼ਸਤਰ ਵਿੱਦਿਆ ਸਿੱਖੀ। ਉਸ ਤੋਂ ਬਾਅਦ ਮੈਂ ਆਪਣੇ ਆਪ ਨੂੰ ਬੜਾ ਖੁਸ਼ਨਸੀਬ ਸਮਝਦੀ ਹਾਂ ਕਿ ਮੇਰਾ ਜਿਹੜਾ ਆਨੰਦ ਕਾਰਜ ਹੈ ਉਹ ਵੀ ਇਹੋ ਜਿਹੇ ਵਿਅਕਤੀ ਨਾਲ ਹੋਇਆ ਜਿਹੜਾ ਆਪ ਉਹਨਾਂ ਦੀ ਆਪਦੀ ਗੱਤਕੇ ਦੀ ਟੀਮ ਹੈ। ਇਹ ਮੇਰੇ ਲਈ ਬਹੁਤ ਵੱਡਾ ਹੈ, ਗੁਰੂ ਸਾਹਿਬ ਵੱਲੋਂ ਇੱਕ ਗਿਫਟ ਮੈਂ ਆਪਣੇ ਆਪ ਸਮਝਿਆ। ਅਤੇ ਸਾਡੀ ਗੱਤਕੇ ਦੀ ਟੀਮ ਹੈ, ਉਹਦਾ ਨਾਮ ਹੈ ਹਰਗੋਬਿੰਦ ਅਜੀਤ ਗੱਤਕਾ ਅਖਾੜਾ ਇੰਟਰਨੈਸ਼ਨਲ ਬੁੱਢਾ ਦਲ, ਜਿਹੜੇ ਬਾਬਾ ਬਲਬੀਰ ਸਿੰਘ ਮੌਜੂਦਾ ਮੁਖੀ ਹੈਗੇ ਹਨ, ਉਹਨਾਂ ਤੋਂ ਥਾਪੜਾ ਵੀ ਮਿਲਿਆ ਹੋਇਆ ਇਸ ਟੀਮ ਨੂੰ। ਅਤੇ ਇਹ ਟੀਮ ਕਾਫੀ ਕੰਪੀਟੀਸ਼ਨਸ, ਕਾਫੀ ਸਟੇਜਾਂ ਜਿੱਤੀ ਹੈ। ਅਤੇ ਮੈਂ ਦੱਸਣਾ ਚਾਹਾਂਗੀ ਹੋਲੇ ਮਹੱਲੇ 'ਤੇ ਅਨੰਦਪੁਰ ਸਾਹਿਬ ਹਰ ਸਾਲ ਕੱਪ ਹੁੰਦਾ, ਠੀਕ ਹੈ, ਨੈਸ਼ਨਲ ਕੱਪ ਹੁੰਦਾ। ਉਹ ਨੈਸ਼ਨਲ ਕੱਪ ਦੇ ਵਿੱਚ ਵੀ ਅਸੀਂ ਕਾਫੀ ਮਤਲਬ ਕਿ ਮਿਹਨਤ ਦੇ ਨਾਲ ਅਸੀਂ ਜਿੱਤ ਕੇ ਆਏ ਦਾ। ਸਾਡੀ ਕੁੜੀਆਂ ਦੀ ਟੀਮ ਹੈ, ਮੇਰੇ ਕੋਲ 20 ਤੋਂ 22 ਕੁੜੀਆਂ ਹਨ, ਜਿੱਥੇ ਅਸੀਂ ਹਰ ਸਾਲ ਅਸੀਂ ਜਾਂਦੇ ਹਾਂ, ਪਰਫੋਰਮ ਕਰਦੇ ਹਾਂ ਔਰ ਜਿੱਤ ਕੇ ਆਉਂਦੇ ਹਾਂ। ਉਸ ਤੋਂ ਬਾਅਦ ਸਾਡੀ ਮੁੰਡਿਆਂ ਦੀ ਟੀਮ ਹੈ, ਉਹਦੇ ਵਿੱਚ ਮੈਂ ਮੁੰਡਿਆਂ ਦੀ ਟੀਮ 'ਚ ਵੀ ਮੈਂ ਆਪ ਵੀ ਖੇਡਦੀ ਹਾਂ ਅਤੇ ਉਹਦੇ ਵਿੱਚ ਵੀ ਅਸੀਂ ਜਿੱਤ ਕੇ ਆਈ ਦੀ ਹੈ। ਉਸ ਤੋਂ ਬਾਅਦ ਸਾਡੀ ਇੱਕ ਅਲੱਗ ਫਾਈਟ ਹੁੰਦੀ ਹੈ, 2 ਪਲੇਅਰ ਹੁੰਦੇ, ਅਸੀਂ ਫਰੀ ਸੋਟੀ ਦੀ ਫਾਈਟ ਖੇਡੀ ਦੀ ਹੈ। ਫਰੀ ਸੋਟੀ ਦੀ ਫਾਈਟ ਵਿੱਚ ਵੀ ਸਾਨੂੰ ਅਸੀਂ ਜਿੱਤ ਕੇ ਕੱਪ ਲੈ ਕੇ ਆਉਂਦੇ ਹਾਂ। ਉਸ ਤੋਂ ਬਾਅਦ ਮੈਂ ਦੱਸਣਾ ਚਾਹਾਂਗੀ ਅਸੀਂ ਫਤਿਹਗੜ੍ਹ ਸਾਹਿਬ ਇੰਟਰਨੈਸ਼ਨਲ ਕੱਪ ਹੁੰਦਾ,
ਉਹਦੇ ਵਿੱਚ ਵੀ ਅਸੀਂ ਜਿੱਤ ਕੇ ਆਈਦਾ ਤੇ ਦਿੱਲੀ ਦੇ ਵਿੱਚ ਬਹੁਤ ਸਾਰੇ ਕੱਪ ਹੁਣੇ ਹੋਏ ਆ ਹੁਣੇ ਥੋੜਾ ਚਿਰ ਪਹਿਲੇ ਹੋਏ 5 ਤੋਂ 6 ਮਹੀਨੇ ਪਹਿਲਾਂ ਤੇ ਉੱਥੇ ਵੀ ਸਾਡੀ ਟੀਮ ਫਸਟ ਰਹੀ ਉਸ ਤੋਂ ਪਹਿਲਾਂ ਸੈਕਿੰਡ ਰਹੀ ਹੁਣੇ ਅਸੀਂ ਰੀਸੈਂਟਲੀ ਅਸੀਂ ਅੰਮ੍ਰਿਤਸਰ ਸਾਹਿਬ ਖੇਡ ਕੇ ਆਏ ਹਾਂ ਨਿਹੰਗਾ ਸਿੰਘਾਂ ਦੀ ਚੋਣੀ ਜਿਨ੍ਹਾਂ ਨੇ ਇਸ ਚੀਜ਼ ਨੂੰ ਸੰਭਾਲ ਕੇ ਰੱਖਿਆ ਹੋਇਆ ਇਸ ਵਿਰਾਸਤ ਨੂੰ ਸੰਭਾਲਿਆ ਹੋਇਆ ਤੇ ਉੱਥੇ ਵੀ ਖੇਡ ਕੇ ਆਏ ਹਾਂ ਤੇ ਉੱਥੇ ਵੀ ਅਸੀਂ ਸੈਕਿੰਡ ਪ੍ਰਾਈਜ਼ ਲੈ ਕੇ ਆਏ ਹਾਂ ਉੱਥੇ ਸਾਡੀ ਟੀਮ ਖੇਡੀ ਸੀ ਉੱਥੇ ਟੀਮ ਖੇਡਦੀ ਹੈ 10 ਪਲੇਅਰ ਹੁੰਦੇ ਆ ਉਹਦੇ ਵਿੱਚ ਸਾਰੀ ਗੇਮਾਂ ਖੇਡਣੀਆਂ ਹੁੰਦੀਆਂ ਟਾਈਮ ਲਿਮਿਟ ਹੁੰਦੀ ਹੈ ਕਿ ਤੁਸੀਂ 12 ਮਿੰਟ ਦੇ ਵਿੱਚ ਕਿੰਨੀਆਂ ਜ਼ਿਆਦਾ ਤੋਂ ਜ਼ਿਆਦਾ ਗੇਮਾਂ ਖੇਡੋਗੇ ਔਰ ਕਿੰਨੀ ਦੇਰ 'ਚ ਤੁਹਾਡੀ ਕਿੰਨੇ ਕੁ ਵਾਰ ਨਿਕਲਣਗੇ ਕਿਉਂਕਿ ਹਰ ਇੱਕ ਸ਼ਸਤਰ ਦਾ ਇੱਕ ਅਲੱਗ ਵਾਰ ਹੈ ਜਿਵੇਂ ਅਸੀਂ ਸੋਟੀ ਲੈ ਲਈਏ ਸੋਟੀ ਨੂੰ ਅਲੱਗ ਤਰੀਕੇ ਨਾਲ ਘੁਮਾਇਆ ਜਾਂਦਾ ਆਪਣੀ ਬੋਡੀ ਨੂੰ ਕਵਰ ਕੀਤਾ ਜਾਂਦਾ ਹੈ ਕਿਰਪਾਨ ਦੇ ਵਾਰ ਲੈ ਲਓ ਕਿਰਪਾਨ ਦੇ ਵਾਰ ਹੁੰਦੇ ਹੈ ਕੱਟਣ ਵਾਲੇ ਕਿ ਸਾਹਮਣੇ ਨੂੰ ਜਿਵੇਂ ਕੋਈ ਐਵੇਂ ਡਿਫੈਂਟ ਮਤਲਬ ਕਿ ਹਰ ਇੱਕ ਸ਼ਸਤਰ ਦਾ ਅਲੱਗ ਅਲੱਗ ਵਾਰ ਹੈ ਤੇ ਇਸ ਤਰ੍ਹਾਂ ਅਸੀਂ ਖੇਡ ਕੇ ਉਹ ਟੀਮ ਡੈਮੋ ਇਹਨੂੰ ਕਿਹਾ ਜਾਂਦਾ ਤੇ ਅਸੀਂ ਜਿੱਤ ਕੇ ਉਹ ਵੀ ਆਏ ਹਾਂ ਵਕਤ ਹੋ ਚੱਲਿਆ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਹਾਜ਼ਰ ਹੋਵਾਂਗੇ ਤੇ ਤੁਹਾਨੂੰ ਦੱਸਾਂਗੇ ਕਿ ਕਿਸ ਤਰੀਕੇ ਨਾਲ ਮਨਪ੍ਰੀਤ ਕੌਰ ਜੀ ਦੀ ਜਿਹੜੀ ਫੈਮਿਲੀ ਹੈ ਪੂਰੀ ਸਪੋਰਟ ਕਰ ਰਹੀ ਹੈ ਉਹਨਾਂ ਨੂੰ ਉਹਨਾਂ ਦੇ ਇਨ-ਲੋਸ ਜਿਹੜੇ ਹੈ ਜਿਹੜਾ ਸਹੁਰਾ ਪਰਿਵਾਰ ਹੈ ਕਿਸ ਤਰੀਕੇ ਨਾਲ ਉਹਨਾਂ ਨੂੰ ਸਪੋਰਟ ਕਰਦਾ ਤੁਸੀਂ ਵੇਖਦੇ ਰਹੋ ਫਤਿਹ ਟੀਵੀ।